ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚੇ ਸੰਗਰੂਰ ਸਿਵਲ ਹਸਪਤਾਲ ਪ੍ਰਿੰਸੀਪਲ ਖਿਲਾਫ ਲਿਆ ਸਖਤ ਐਕਸ਼ਨ। ਭਵਾਨੀਗੜ੍ਹ ਨੇੜੇ ਸਥਿਤ ਕਾਬਦਾ ਚ ਬਣੇ ਮੈਰੀਟੋਰੀਅਸ ਸਕੂਲ ਚ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ 50 ਦੇ ਕਰੀਬ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਸਕੂਲ ਵਿੱਚ ਖਾਣਾ ਖਾਣ ਤੋਂ ਬਾਅਦ ਬੱਚੇ ਬਿਮਾਰ ਹੋ ਗਏ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਦੀ ਸਿਹਤ ਦਾ ਜਾਇਜ਼ਾ ਲੈਣ ਲਈ ਹਸਪਤਾਲ ਪਹੁੰਚੇ। ਇਸ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਹੈ। ਮੰਤਰੀ ਹਰਜੋਤ ਸਿੰਘ ਨੇ ਲਿਖਿਆ ਹੈ ਕਿ ਸੰਗਰੂਰ ਪਹੁੰਚ ਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਬਿਮਾਰ ਵਿਦਿਆਰਥੀਆਂ ਨੂੰ ਮਿਲੇ, ਜਿੱਥੇ ਹੁਣ ਵਿਦਿਆਰਥੀ ਤੇਜ਼ੀ ਨਾਲ ਠੀਕ ਹੋ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਚਿੰਤਾ ਦੀ ਸ਼ਿਕਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਠੇਕੇਦਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਮੈਸ ਇੰਚਾਰਜ ਸਮੇਤ IPC ਦੀ ਧਾਰਾ 307 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੇ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਸੰਬੰਧਿਤ ਪ੍ਰਿੰਸੀਪਲ ਨੂੰ ਵੀ ਮੁਅੱਤਲ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਫੀਡਬੈਕ ਫਾਰਮ ਮੈਰੀਟੋਰੀਅਸ ਸਕੂਲ ਦੇ ਹਰ ਵਿਦਿਆਰਥੀ ਨੂੰ ਭੇਜਿਆ ਜਾ ਰਿਹਾ ਹੈ। इस वक्त जो बहुते बच्चे हुण आ रहे ने हॉस्पिटल, उन्हां नूं ना तां लूज मोशन है ना वॉमिटिंग, घबराहट नाल आ रहे ने। सब बच्चे ने जी, बच्चे मासूम होंगे ने, नाजुक होंगे ने। इस वक्त जो पेशेंट्स आ रहे ने वो पैनिक करके आ रहे ने। मेरी बच्चियों नाल बहुत डिटेल च गल हुई है, वो कहिंदे एक दूजे नूं देख के घबराहट हो रही है। ਹੁਣ ਵੀ ਮੇਰੇ ਨਾਲ ਵੀ ਅਸੀਂ ਬਹੁਤ ਘੱਟ ਲੋਕ ਅੰਦਰ ਗਏ ਹਾਂ ਅਤੇ ਉਹਦੇ ਨਾਲ ਉਹਨਾਂ ਨੂੰ ਪੋਜ਼ੀਟਿਵ ਮਹਿਸੂਸ ਹੋ ਰਿਹਾ। ਬੱਚਿਆਂ ਨੂੰ ਇਸ ਵਕਤ ਨਾ ਲੂਜ਼ ਮੋਸ਼ਨ ਦੀ ਨਾ ਵੋਮਿਟਿੰਗ ਦੀ, ਸਾਰੇ ਵਾਈਟਲਸ ਨੋਰਮਲ ਨੇ, ਸਭ ਕੁਛ ਨੋਰਮਲ ਹੈ, ਠੀਕ ਹੈ ਨਾ। ਇਸ ਕਰਕੇ ਬੇਨਤੀ ਹੈ, ਤੁਹਾਡੇ ਵਿੱਚੋਂ ਕੋਈ ਦੋ ਸਾਥੀ, ਇੱਕ ਸਾਥੀ ਕਹੋਗੇ ਮੈਂ ਨਾਲ ਲੈ ਜਾਂਦਾ, ਪਰ ਜਦੋਂ ਇੱਕ ਸੈਕਿੰਡ ਸੁਣ ਲਓ, ਜਦੋਂ ਇੰਨੇ ਜਾਣੇ ਜਾਂਦੇ ਨਾ, ਉਹਨਾਂ ਨੂੰ ਲੱਗਦਾ ਬਾਰ ਬਾਰ ਖਬਰਾਂ ਦੇਖ ਕੇ ਵੀ ਸਾਨੂੰ ਪਤਾ ਨਹੀਂ ਕੀ ਹੋ ਗਿਆ ਤਾਂ ਘਬਰਾਹਟ ਹੈ ਬੱਚਿਆਂ ਨੇ ਜ਼ਿਆਦਾ। ਤੁਸੀਂ ਵਿੱਚ ਘਬਰਾਹਟ ਹੋ ਸਕਦੀ ਸੀ, ਜਿਹੜੇ ਤੁਹਾਡੇ ਸਾਥੀ ਸਵੇਰ ਦੇ ਇੱਥੇ ਫਿਰਦੇ ਹੋ, ਦੁਬਾਰਾ ਤੁਹਾਡੇ ਨਾਲ ਗਏ, ਉਹਨਾਂ ਨਾਲ ਕੋਈ ਘਬਰਾਹਟ ਨਹੀਂ? ਉਹਨਾਂ ਨੂੰ ਵੀ ਬਾਹਰ ਨਹੀਂ ਲੈ ਕੇ ਗਏ, ਤੁਸੀਂ ਆਪਣੇ ਨਾਲ ਸੁਣ ਤਾਂ ਲਓ ਦੋਸਤ ਨਾਲ ਦਰਜਨ ਤੋਂ ਵੱਧ ਸਕਿਉਰਟੀ ਵਾਲੇ ਨੇ ਅੰਦਰ ਦੇਖੋ ਮੇਰੀ ਫਿਰ ਦੇਖੋ ਮੈਂ ਤੁਹਾਨੂੰ ਫਿਰ ਕਹਿ ਰਿਹਾ, ਅੰਦਰ ਕੋਈ ਨਹੀਂ ਗਿਆ ਤੁਹਾਡੇ ਵਿੱਚੋਂ। ਤੁਸੀਂ ਆਪਣੀ ਸਹਿਮਤੀ ਨਾਲ ਕੋਈ ਦੋ ਜਾਂ ਤਿੰਨ ਸਾਥੀ ਕਹਿ ਦਿਓ, ਮੈਂ ਫਿਰ ਇੱਕ ਵਾਰੀ ਲੈ ਜਾਊਂਗਾ। ਤੁਸੀਂ ਬਾਰ ਬਾਰ ਹੀ ਗੇੜੇ ਲਾਈ ਜਾਓਗੇ? ਨਹੀਂ, ਮੈਂ ਤਾਂ ਇੱਥੇ ਰੁਕੂੰਗਾ ਜੇ ਘੰਟਾ। ਚੱਲਦੇ ਹਾਂ, ਪੰਜ ਬੰਦੇ ਚਲੋ ਅੰਦਰ ਕੋਈ। ਪੰਜ ਨਹੀਂ, ਕੋਈ ਦੋ ਜਾਂ ਤਿੰਨ ਦੋਸਤ ਬਣ ਕੇ, ਆਪਣੇ ਵੱਲੋਂ ਜਿਹੜੇ ਵੀ ਤੁਹਾਡੀ ਸਹਿਮਤੀ ਹੋਵੇ ਤੁਸੀਂ ਦੱਸ ਦਿਓ, ਮੈਂ ਨਾਲ ਜਾ ਸਕਦਾ। ਦੱਸ ਦਿਓ ਜੀ ਕੀ ਸੈਕਿੰਡ ਚੀਜ਼। ਹਾਂ, ਆ ਜਿਓ। ਸੈਕਿੰਡ ਚੀਜ਼ ਇਹ ਹੈ ਜੀ, ਕੱਲ੍ਹ ਦੇਰ ਰਾਤੀ ਬੱਚਿਆਂ ਵੱਲੋਂ ਕੁਛ ਬੱਚਿਆਂ ਵੱਲੋਂ ਕੰਪਲੇਂਟ ਹੋਈ ਸੀ, ਫੂਡ ਪੋਇਜ਼ਨਿੰਗ ਦੀ ਕੰਪਲੇਂਟ ਸੀ। ਉਹਨਾਂ ਵਿੱਚੋਂ ਜੋ ਸ਼ੁਰੂਆਤੀ ਪਹਿਲਾਂ ਬੱਚੇ ਆਏ ਸੀ ਉਹ 20 ਬੱਚੇ ਸੀ। 20 ਬੱਚੇ ਹੋਸਪਿਟਲਾਈਜ਼ ਹੋਏ ਸੀ, ਉਹਨਾਂ ਵਿੱਚੋਂ ਸਵੇਰੇ 16 ਨੂੰ ਛੁੱਟੀ ਹੋ ਗਈ ਸੀ, ਬਾਕੀ 4 ਵੀ ਇਸ ਵਕਤ ਠੀਕ ਨੇ। ਉਸ ਤੋਂ ਬਾਅਦ ਹੁਣ ਸਵੇਰ ਤੋਂ ਲੈ ਕੇ ਉਹੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, ਪੈਨਿਕ ਕਰਕੇ ਬੱਚੇ ਕਹਿ ਰਹੇ ਕਿ ਸਾਨੂੰ ਘਬਰਾਹਟ ਹੋ ਰਹੀ ਹੈ। ਤਾਂ ਤਕਰੀਬਨ ਇੱਥੇ 25-30 ਬੱਚੇ ਹੋਰ ਲੈ ਕੇ ਆਏ ਨੇ, ਉਹਨਾਂ ਨੂੰ ਸਭ ਨੂੰ ਮਿਲੇ ਹੈ, ਸਾਰੇ ਸਟੇਬਲ ਨੇ, ਸਾਰੇ ਕੌਨਸ਼ੀਅਸ ਨੇ। ਅਤੇ ਬਹੁਤਾ ਜਿਹੜਾ ਹੁਣ ਕੇਸ ਹੈ ਇੱਥੇ ਉਹ ਘਬਰਾਹਟ ਦਾ ਹੈ, ਇੱਕ ਇੱਕ ਕਰਕੇ ਪੈਨਿਕ। ਇੱਕ ਸੈਕਿੰਡ ਦੋਸਤ, ਮੈਨੂੰ ਪੂਰਾ ਕਰ ਲੈਣ ਦਿਓ, ਜੋ ਵੀ ਤੁਹਾਡੇ ਸਵਾਲ ਹੋਣਗੇ ਉਹਦਾ ਜਵਾਬ ਦੇਵਾਂਗਾ ਮੈਂ ਬਾਰ ਬਾਰ ਕਹਿ ਰਿਹਾ। ਸੈਕਿੰਡ ਇਹ ਇੱਕ ਪਾਰਟ ਹੈ, ਦੂਜਾ ਹਿੱਸਾ ਇਹ ਹੈ ਕਿ ਜਿਹੜਾ ਕੰਟਰੈਕਟਰ ਸੀਗਾ ਉਸਨੂੰ ਅਰੈਸਟ ਕਰ ਲਿਆ ਗਿਆ, FIR ਹੋ ਚੁੱਕੀ ਹੈ, ਉਸਦਾ ਜਿਹੜਾ ਕੰਟਰੈਕਟ ਹੈ ਉਹ ਕੈਂਸਲ ਕਰ ਲਿਆ ਗਿਆ। ਪੰਜਾਬ ਦੇ ਵਿੱਚ 9 ਮੈਰੀਟੋਰੀਅਸ ਸਕੂਲ ਹੋਰ ਹੈ, 9 ਦੇ 9 ਪ੍ਰਿੰਸੀਪਲਾਂ ਦੇ ਨਾਲ ਮੈਂ ਗੱਲ ਕੀਤੀ ਹੈ, ਕਿਤੇ ਇੱਦਾਂ ਦੀ ਕੰਪਲੇਂਟ ਨਹੀਂ ਹੈ। ਪਰ ਫਿਰ ਵੀ ਪ੍ਰੀਕੋਸ਼ਨ ਤਾਂ ਅਸੀਂ ਆਪਣੇ DOs ਅਤੇ ਸਿਵਲ ਸਰਜਨਸ, ਸਿਹਤ ਮਹਿਕਮਾ ਅਤੇ ਸਿੱਖਿਆ ਮਹਿਕਮੇ ਦੀ ਟੀਮਾਂ ਭੇਜ ਕੇ ਸੈਂਪਲ ਲੈ ਲਏ ਹੈ। ਕਿਤੇ ਵੀ ਕੋਈ ਕਤਾਹੀ ਹੋਊਗੀ ਉਹ ਵੀ ਤੁਹਾਡੇ ਨਾਲ ਉਸਦੇ 'ਤੇ ਐਕਸ਼ਨ ਲਿਆ ਜਾਊਗਾ। ਮੈਰੀਟੋਰੀਅਸ ਸਕੂਲ ਦੇ ਵਿੱਚ ਫਰਵਰੀ 2023 ਦਾ ਅਸੀਂ ਇਹ ਕੰਟਰੈਕਟ ਕੀਤਾ ਸੀ, ਮੈਂ ਉਹ ਕੰਟਰੈਕਟ ਦੀ ਕਾਪੀ ਵੀ ਮੰਗਵਾਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਤੁਸੀਂ ਉਹ ਕੰਟਰੈਕਟ ਦੀਆਂ ਜੇ ਸ਼ਰਤਾਂ ਪੜ੍ਹੋ ਤਾਂ ਹਰ ਪੱਖੋਂ ਅਸੀਂ ਉਹਦੇ ਵਿੱਚ ਹਰ ਚੀਜ਼ ਮਾਈਨਿਊਟਲੀ ਲਿਖੀ ਹੈ, ਕਿਸ ਕੁਆਲਿਟੀ ਦਾ ਖਾਣਾ ਆਉਣਾ ਚਾਹੀਦਾ, ਕੀ ਫੂਡ ਮੈਨਿਊ ਹੋਣਾ ਚਾਹੀਦਾ, ਕਿਵੇਂ ਸਟੂਡੈਂਟ ਕਮੇਟੀ ਹੋਣਾ ਚਾਹੀਦਾ। ਪਰ ਇੱਥੇ ਜੋ ਦੱਸਿਆ ਗਿਆ ਕਿ ਦਿਵਾਲੀ ਤੋਂ ਬਾਅਦ ਸਟਾਫ, ਜੋ ਬੱਚੀਆਂ ਨੇ ਦੱਸਿਆ, ਦਿਵਾਲੀ ਤੋਂ ਬਾਅਦ ਜਿਹੜੇ ਹੈ ਇਸ ਕੰਟਰੈਕਟਰ ਨੇ ਆਪਣਾ ਸਟਾਫ ਬਦਲਿਆ ਜਾਂ ਉਹ ਭੱਜ ਗਿਆ, ਜੋ ਵੀ ਇਹ ਜਾਂਚ ਦਾ ਵਿਸ਼ਾ ਹੈ। ਉਸ ਤੋਂ ਬਾਅਦ ਦਿਵਾਲੀ ਤੋਂ ਬਾਅਦ ਲਗਾਤਾਰ ਖਾਣਾ ਜਿਹੜਾ ਹੈ ਉਹ ਮਾੜਾ ਮਿਲ ਰਿਹਾ ਸੀ।
ਬੱਚੀਆਂ ਨੇ ਇਹ ਵੀ ਦੱਸਿਆ ਕਿ ਕੁਛ ਬੱਚੀਆਂ ਇੱਦਾਂ ਦੀਆਂ ਨੇ ਜਿਹੜੀਆਂ ਵਿਚਾਰੀਆਂ 2 ਦਿਨ ਤੋਂ ਕੁਛ ਖਾਧਾ ਹੀ ਨਹੀਂ, ਡਰਦੇ ਨਾਲ ਉਹਨੀ ਕੁਛ ਖਾਧਾ ਹੀ ਨਹੀਂ ਅਤੇ 2 ਦਿਨ ਤੋਂ ਭੁੱਖੀਆਂ ਨੇ। ਬਹੁਤੇ ਬੱਚੇ ਤਾਂ ਉਹ ਨੇ ਜਿਹੜੇ ਹੁਣ, ਇਹ ਨਹੀਂ ਕਿ ਜਿਹੜੇ ਰਾਤ ਵਾਲੇ ਖਾਣੇ ਨਾਲ ਬਿਮਾਰ ਹੋਏ ਨੇ, ਬਹੁਤੀ ਬੱਚੀਆਂ ਉਹ ਨੇ ਜੋ 2 ਦਿਨ ਤੋਂ ਵਿਚਾਰੀਆਂ ਭੁੱਖੀਆਂ ਨੇ ਜਿਹਨੇ ਕੁਛ ਖਾਧਾ ਹੀ ਨਹੀਂ। ਜਦੋਂ ਬੰਦਾ 2 ਦਿਨ ਕੋਈ ਬੱਚੀ ਦੱਸਦਾ ਰਹੇ ਹੈ ਨਾ ਜੀ, ਮਾੜੇ ਕੁਆਲਿਟੀ ਦਾ ਜੋ ਖਾਣਾ ਉੱਥੇ ਦੱਸਿਆ ਗਿਆ ਕਿ ਜਿਵੇਂ ਰਾਤੀਂ ਵੀ ਜੋ ਮੈਨਿਊ ਹੈ ਉਹ ਕਹਿਣ ਨੂੰ ਤਾਂ ਮਟਰ ਪਨੀਰ, ਦਾਲ, ਸੂਜੀ ਦਾ ਹਲਵਾ ਕਹਿਣ ਨੂੰ, ਪਰ ਉਹਦੇ ਵਿੱਚੋਂ ਜੋ ਬੱਚੀਆਂ ਨੇ ਦੱਸਿਆ ਕਿ ਸੁੰਡੀ 'ਤੇ ਅਸੀਂ ਕਹਿੰਦੇ ਅਸੀਂ ਪਿਛਲੇ ਕਈ ਦਿਨਾਂ ਤੋਂ ਯਾਨੀ ਪ੍ਰਿੰਸੀਪਲ ਨੂੰ, ਵਾਰਡਨ ਨੂੰ, ਆਪਣੇ ਟੀਚਰਸ ਨੂੰ ਅਸੀਂ ਸ਼ਿਕਾਇਤ ਕਰ ਰਹੇ ਸੀ। ਸਾਨੂੰ ਬਲਕਿ ਕੱਲ੍ਹ ਟੀਚਰਸ ਨੇ ਵਿਸ਼ਵਾਸ ਦਵਾਇਆ ਕਿ ਜੀ ਖਾਣਾ ਦੁਬਾਰਾ ਸਿੱਟ ਕੇ ਦੁਬਾਰਾ ਬਣਿਆ ਤਾਂ ਅਸੀਂ ਖਾਧਾ। ਇਹ ਬੜਾ ਸਿੰਸੀਅਰ, ਇਹ ਬੜਾ ਇੱਕ ਗੰਭੀਰ ਜਿਹੜਾ ਵਿਸ਼ਾ ਹੈ। ਗੰਭੀਰ ਵਿਸ਼ਾ ਜਿਹਦੀ ਦੋਸ਼ੀ ਪਾਇਆ ਗਿਆ ਉਹ 'ਤੇ ਕਾਰਵਾਈ ਕਰਾਂਗੇ। ਅੱਜ ਇਸ ਵਕਤ ਸਾਨੂੰ ਉਹਨਾਂ ਟੀਚਰ ਅਤੇ ਪ੍ਰਿੰਸੀਪਲ ਦੀ ਵੀ ਲੋੜ ਆ, ਉਹ ਮੈਨੇਜ ਕਰ ਰਿਹਾ, ਮੈਂ ਉਹਨੂੰ ਵੀ ਕਰ ਦੇਵਾਂ ਬੱਚਿਆਂ ਦੇ ਨਾਲ ਇੱਕ ਰਿਸ਼ਤਾ ਹੁੰਦਾ। ਦੂਜੀ ਗੱਲ ਫਿਰ ਮੈਂ ਤੁਹਾਨੂੰ ਕਹਿ ਰਿਹਾ, ਤਾਂ ਹੀ ਮੈਂ ਤੁਹਾਨੂੰ, ਮੈਂ ਕਈ ਮੈਰੀਟੋਰੀਅਸ ਸਕੂਲਾਂ 'ਚ ਜਾਂਦਾ ਰਹਿੰਦਾ, ਮੈਂ ਫਰੋ ਅਚਨਚੇਤ ਚੈਕਿੰਗਾਂ ਵੀ ਕਰਦਾ ਰਹਿੰਦਾ। ਜਿਹੜਾ ਮੈਰੀਟੋਰੀਅਸ ਸਕੂਲ ਹੈ, ਡੇ ਬੋਰਡਿੰਗ ਸਕੂਲ ਹੁੰਦਾ, ਬਹੁਤ ਗਰੀਬ ਘਰਾਂ ਦੇ ਬੱਚੇ ਇੱਥੇ ਪੜ੍ਹਦੇ ਆ, ਇੱਕ ਵੈਸਾ ਵੀ ਬੱਚਾ ਜਿਹੜਾ ਹੋਮ ਸਿੱਖ ਹੋ ਜਾਂਦਾ। ਜਦੋਂ ਵੀ ਕੋਈ ਗੱਲ ਆਉਂਦੀ ਹੈ ਉਹਨੂੰ, ਇੱਦਾਂ ਦੀ ਕੋਈ ਗੱਲ ਆਉਂਦੀ ਹੈ ਉਹਨੂੰ, ਆਪਣੇ ਘਰਦਿਆਂ ਦੀ ਯਾਦ ਆਉਂਦੀ ਹੈ। ਤਾਂ ਬਹੁਤੇ ਬੱਚੇ ਇਸ ਵਕਤ ਹੋਮ ਸਿੱਖ ਵੀ ਹੈ, ਉਹ ਆਪਣੇ ਮਾਤਾ ਪਿਤਾ। 11 ਮਹੀਨੇ ਹੋ ਗਏ ਠੇਕਾ ਦਿੱਤੇ ਨੂੰ, 11 ਮਹੀਨੇ 'ਚ ਕਿੰਨੀ ਵਾਰੀ ਫੂਡ ਤੁਹਾਡੇ ਵੱਲੋਂ ਚੈੱਕ ਕੀਤਾ ਗਿਆ, ਤੁਹਾਡੇ ਡਿਪਾਰਟਮੈਂਟ ਵੱਲੋਂ ਚੈੱਕ ਕੀਤਾ ਗਿਆ? ਪੰਜਾਬ ਦੇ 9 ਸਕੂਲ ਨੇ, 9 ਸਕੂਲਾਂ ਦੇ ਵਿੱਚੋਂ ਕਿੰਨੀ ਵਾਰੀ ਸਕੂਲ ਦਾ ਕੋਈ ਸੈਂਪਲ ਭਰਿਆ? ਮੇਰੀ ਤੁਹਾਨੂੰ ਫਿਰ ਬੇਨਤੀ ਹੈ ਜੀ, ਮੇਰੀ ਦੇਖੋ ਦੂਜੀ ਗੱਲ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੈਂ ਖੁਦ ਹਰ ਸਕੂਲਾਂ 'ਚ ਜਾ ਕੇ ਜਿੱਥੇ ਵੀ ਜਾਂਦਾ ਮਿਡ ਡੇ ਮੀਲ ਵੀ ਛਕਦਾ। ਮੈਂ ਫਿਰੋਜ਼ਪੁਰ ਦੇ ਮੈਰੀਟੋਰੀਆ ਸਕੂਲ 'ਚ ਗਿਆ ਸੀਗਾ ਅਚਨਚੇਤ ਚੈਕਿੰਗ, ਉੱਥੇ ਮੈਂ ਜਾ ਕੇ ਦੇਖਿਆ ਕਿ ਜਿਹੜੀ ਜਦੋਂ ਮੈਂ ਗਿਆ, ਜਿਹੜੀ ਚਾਹ ਮੈਂ ਖੁਦ ਪੀਤੀ, ਮੈਨੂੰ ਲੱਗਿਆ ਚਾਹ ਬਹੁਤ ਪਤਲੀ ਹੈ, ਇਹ ਗੱਲ ਹੈਗੀ ਹੈ ਤਕਰੀਬਨ 5-6 ਮਹੀਨੇ ਪੁਰਾਣੀ। ਉਸ ਤੋਂ ਬਾਅਦ ਮੈਂ ਐਕਸ਼ਨ ਲਿਆ ਅਤੇ ਉਸ ਸਕੂਲ ਦੇ ਵਿੱਚ ਮੈਂ ਆਪਣੀ ਈਮੇਲ ਆਈਡੀ ਲਿਖ ਕੇ ਲੈ ਕੇ ਦੇਖਿਆ ਬੱਚਿਆਂ ਨੂੰ, ਕਿ ਆਪਣੀ ਈਮੇਲ ਆਈਡੀ, ਨਿੱਜੀ ਈਮੇਲ ਆਈਡੀ, ਕਿ ਅੱਜ ਤੋਂ ਬਾਅਦ ਜੇ ਬੱਚਿਓਂ ਕੋਈ ਕਮੀ ਆਵੇ, ਠੀਕ ਹੈ, ਉਹ ਦੱਸਿਓ। ਸਾਡੇ ਇਹਦੇ ਵਿੱਚ ਜਿਹੜਾ ਤੁਸੀਂ ਕੰਟਰੈਕਟ ਹੈ ਉਹਦੇ ਵਿੱਚ ਪ੍ਰਾਵਧਾਨ ਵੀ ਹੈ ਕਿ ਅਗਰ 1 ਵੀ ਦਿਨ ਖਾਣਾ ਮਾੜ, ਮੈਂ ਤੁਹਾਡੇ ਨਾਲ ਕੰਟਰੈਕਟ ਸਾਂਝਾ ਕਰ ਦਿੰਦਾ, ਕੁਆਲਿਟੀ ਤੋਂ ਥੋੜ੍ਹਾ ਜਿਹਾ ਵੀ ਥੱਲੇ ਬਣਦਾ ਤਾਂ 10,000 ਰੁਪਏ ਦਾ ਜੁਰਮਾਨਾ। ਪ੍ਰਿੰਸੀਪਲ ਕੋਲ ਪਾਵਰ ਹੈ।